आया तो ड्यूटी भी कर ला हूं थोड़ी जी। हेलो हेलो, हाँ जी बेटा, हूं बोलो। सत श्रीकाल बेटा, की हाल चाल? ठीक नहीं लागे आके मिलेंगे बेटा, जो ना हां बेटा टिकट पा के ते समान समून करके डेढ़ लाख का खर्चा पुत्र करो हूं गल कर देना। चलो बेटा तू कोई नी बुक कराओ ते आ गया मैं सवेरे फिर, ठीक है? हां रातों रात बुक करा दो, सवेरे सवेरे मैं आ गया, फिर रोटी ब्रेकफास्ट ताडे आली है मेरा। दुकान तो थोड़ी करानी है तू, बहुत अच्छे ते तू पुत्र टिकट करानी के पखा ठीक कराना के तू जदे जी खटन जाने ना नहीं होई नहीं ठीक। सर वैसे मैं जवाब दूंगा, वैसे जी ठार दे जे टिकट बुक हो गई है, पार्टी नुकरर का मुंह लेके आ गई है। खलो जा एक मिनट। हां जी बेटा की सैनी गल की? नहीं नहीं। हेलो टिकट किधर ले आउनी? दुकान तो ही मिल दी टिकट बेटा, ऑनलाइन भी मिल जांदी है, तन्नू नहीं पता? पुत्र यूके दी चाहिदी है, मैं तरन तरन नहीं जाना, इन्नी सस्ती टिकट भी नहीं चाहिदी। क्या बात है जी, प्यार है बच्चों का बहुत, मैनू अच्छा लगता जो छोटे छोटे बच्चे पंगे लैन का बहुत मजा आता, उन्होंने गलबात करते रहने रोटी कदी रज के खादी नी, ढोल रज के बजाना समझ आ रही कदी? मैं लगता थोड़ी चिड़ी डिगी है, मैं उसे चिड़ी तो ठूंगे मराने तुहाडे नहीं। डुम डुम लक लक डुम डुम लक लक डुम ए टोल ते अगे चिमचा तेरी ताई ने मारना। एक मिनट मेरे को पता नहीं की हो गया, मैनू पता की हो गया, लाना भूल गई होनी आ गई। एक मिनट डुम डुम चुके एक मिनट यार, छाने वाला बंदा मैं भुलाया हैं, छाने वाला बंदा भुलाया तेनू पे खल गंडे, तू टोल भी भुल आया ते डगा भी भुल आया, कला छाने वाला नहीं भुल गया तू? टोल मेरा चोरी होया जनाब, ते मुंह ना करी डुम लक हुंदी है, दो ब्याह मैं इसे करके ही पुताया, मैं डुम लक कर डुम लक डुम लक की करा मैं? वाह वाह पुत्र, मेनू नहीं लगता तेनू वेला होई होनी है, तेरी ते अपनी ही कट ਲੋਕਾਂ ਨੇ ਆਪਣੇ ਵਾਰ ਕੇ ਰੱਖਦੀ ਹੋਣੀ। ਮੈਨੂੰ ਮੇਰਾ ਮੈਂ ਗੋਰਾ ਢੋਲੀ ਹੈ, ਗੋਰਾ ਢੋਲੀ ਨਹੀਂ ਯਾਰ, ਮੈਂ ਫੋਨ ਚੱਕ ਲੈਣਾ ਇਸ ਤੋਂ ਚੰਗਾ ਜੇ ਆਇਆ ਹੁੰਦਾ, ਸੌ ਲੱਗੇ ਮੈਂ ਦਿਲੋਂ ਸੋਚ ਲਿਆ ਕਿ ਤੈਨੂੰ ਅੱਜ ਪੂਰੇ ਐਪੀਸੋਡ 'ਚ ਇਗਨੋਰ ਕਰਨਾ। ਅੱਛਾ ਮੇਰਾ ਮਨ ਸੀਗਾ ਕਿਉਂਕਿ ਤੂੰ ਗੱਲ ਹੀ ਉਹੀ ਕਰਨੀ ਹੁੰਦੀ ਹੈ, ਫਿਰ ਮੈਂ ਕਿਹਾ ਚਲੋ ਅੱਗੇ ਤੋਰ ਲੈਂਦੇ ਕੋਈ ਗੱਲ। ਹੈਲੋ ਗੱਲ ਤਾਂ ਕਰਦੀ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਕਿੱਦਾਂ ਕੀ ਨਾਂ ਸੀ ਦਾ? ਸਾਫੀ ਸਾਹਿਬ ਕਿੱਦਾਂ, ਠੀਕ ਠਾਕ ਹੋ? ਬਾ ਵਧੀਆ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਸਾਫੀ ਸਾਹਿਬ ਕਿੱਦਾਂ? ਗੋਰਾ ਬੋਲੋ ਬੋਲੋ। ਅੱਛਾ ਤੁਸੀਂ ਕੀ ਨਾਂ ਤੁਹਾਡਾ? ਗੋਰਾ ਢੋਲੀ ਜੀ। ਵਾਹ, 47 ਤੋਂ ਬਾਅਦ ਗਏ ਕਿਉਂ ਨਹੀਂ ਵਾਪਸ ਤੁਸੀਂ? ਆ ਕੀ ਹੋ ਗਿਆ? ਨਹੀਂ ਨਹੀਂ 47 ਤੋਂ ਬਾਅਦ ਕਿਉਂ ਨਹੀਂ ਗਏ ਵਾਪਸ ਜੀ? ਗੋਰਾ ਢੋਲੀ ਜੀ। ਨਹੀਂ ਨਹੀਂ ਅਸੀਂ, ਮੇਰਾ ਨਾਂ ਗੋਰਾ ਢੋਲੀ ਆ। ਕਿੰਨੇ ਰੱਖਿਆ ਗੋਰਾ ਨਾਂ? ਮੇਰੇ ਮਾਂ ਪਿਓ ਨੇ ਰੱਖਿਆ। ਕੇਸ ਕਿਉਂ ਨਹੀਂ ਕੀਤਾ ਉਹਨਾਂ ਤੇ? ਸ਼ਗਲ ਦੇਖ ਪੁੱਤਰ ਆਪਣੀ, ਖੇਸ ਪਾਤਾ ਸੀ ਉਦੋਂ ਮੇਰੇ ਤੇ ਉਹਨਾਂ ਨੇ। ਹਾਂ ਫਿਰ ਉਹ ਖੇਸ ਗੋਰਾ ਹੋਣਾ ਨਾ, ਤੇ ਮੈਨੂੰ ਲੱਗਦਾ ਖੇਸ ਦੇਖ ਕੇ ਨਾਂ ਰੱਖਿਆ, ਫੇਸ ਦੇਖ ਕੇ ਨਹੀਂ। ਜਦੋਂ ਮੈਂ ਜਨਮ ਲਿਆ ਸਾਡੇ ਤਾਂ ਆਂਢ ਗੁਆਂਢ ਵੀ ਮੱਚਦੇ ਸੀ ਮੇਰੇ ਤੋਂ। ਮੱਚਣਾ ਹੀ ਤੇਰਾ ਸੇਖ ਜੀ ਉੱਥੋਂ ਤੱਕ ਜਾਂਦਾ ਹੋਣਾ। ਸਾਡੇ ਗੁਆਂਢੀਆਂ ਨੇ ਥਾਣੇ ਰਿਪੋਰਟ ਲਿਖਾ ਦੀ ਸੀ। ਕੀ ਕਹਿੰਦੇ? ਕਹਿੰਦੇ ਮੇਜਰ ਸਿਉਂਕ ਫੀਮ ਦੀ ਡਿਲੀਵਰੀ ਹੋਈ ਆ। ਤੇ ਤੁਹਾਡੇ ਵਰਗਾ ਇੱਕ ਥਾਣੇਦਾਰ ਸੀ, ਆ ਕੇ ਮੇਰਾ ਮੂੰਹ ਵੇਖ ਕੇ ਕਹਿੰਦਾ ਫੀਮ ਇੰਨੀ ਕਾਲੀ ਨਹੀਂ ਹੁੰਦੀ।
जिंदगी बर्बाद प्यार करके छड़ती प्यार करके कुड़िया ने छड़ता तुसी जी वाह 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 एक कुड़ी दे तां मैं प्यार च रोंदा रहा जालिम हैं जालिम ਤੈਨੂੰ ਕਾਹਦੀ ਅੰਦਰੋਂ ਆਪਣੀ ਫੀਲਿੰਗ ਆਈ ਹੈ ਤੈਨੂੰ ਤਾਂ ਨਹੀਂ ਛੱਡਿਆ ਜੇ ਉਹਨੇ ਤੇ ਸਰ ਕਿਸੇ ਨੇ ਕਿਸੇ ਕੁੜੀ ਦੇ ਤਾਂ ਦਿਲ ਤੇ ਇਹਨੇ ਸੱਟ ਮਾਰੀ ਹੈ ਨਾ ਇਹਦੀ ਵੀ ਵੱਜਣੀ ਚਾਹੀਦੀ ਹੈ ਡੰਡੇ ਵੱਜਣੇ ਚਾਹੀਦੇ ਆ ਦੇਖ ਇਹ ਸੱਟ ਹੀ ਵੱਜੀ ਹੈ ਇਹਦੇ ਦਿਲ ਤੇ ਨਹੀਂ ਸਿਰਫ ਮੱਥੇ ਤੇ ਵੱਜੀ ਹੈ ਹਾਂ ਤੂੰ ਕੀ ਕੀਤਾ ਕੁੜੀਆਂ ਨੂੰ ਕੁੜੀ ਨੂੰ ਪਿਆਰ ਕਰਕੇ ਛੱਡਤਾ ਇੱਕ ਕੁੜੀ ਦੇ ਮੈਂ ਪਿਆਰ ਵਿੱਚ ਇੰਨਾ ਰੋਇਆ ਵੀ 14701 ਦੀ ਬਾਲਕੋਨੀ 'ਚ ਬਹਿ ਕੇ ਰੋਇਆ ਮੈਂ ਅੱਛਾ ਉੱਥੇ ਤੇ ਉੱਥੇ ਇੱਕ ਬਾਂਦਰ ਆ ਗਿਆ ਓਏ ਤੂੰ ਕਰਨ ਡਿਆ ਉੱਥੇ जुआ कट कुट के खा के तुम टाइम पास किया होना यार इधर भी याद रखो कोई फोन ते है दिमाग तुहाडा ठीक है इधर फोन चुका के गल्लां लगी तुसीं हेलो साबी साहब माफ करना जी ਆ ਜਿਹੜੇ 2.5 ਮਿੰਟ ਦੇ ਪੈਸੇ ਪਏ ਆ ਸਾਨੂੰ ਦੇ ਦਿਓ ਮਤਲਬ ਸਾਨੂੰ ਪਾ ਦਿਓ ਆਪਾਂ ਦੇ ਦੇਵਾਂਗੇ ਪਾਲੀ ਸਾਹਿਬ ਆ ਗੋਰੇ ਢੋਲੀ ਨੇ ਅੱਜ ਸ਼ੋਅ ਲੁੱਟ ਲਿਆ ਬਾਈ ਲੁੱਟ ਲਿਆ ਜਿਹੜਾ ਬੰਦਾ ਪੈਸੇ ਲੁੱਟ ਸਕਦਾ ਚਲਦੀ ਬਰਾਚ ਉਹ ਸ਼ੋਅ ਵੀ ਲੁੱਟ ਸਕਦਾ ਨਹੀਂ ਸ਼ੋਅ ਲੁੱਟ ਲਿਆ ਮਹਾਰਾਜ ਤੁਹਾਨੂੰ ਪਤਾ ਇਹ ਐਸਾ ਢੋਲੀ ਆ ਬਰਾਤ ਦੇ ਵਿੱਚ ਜਿਹੜਾ ਮੁੰਡੇ ਦਾ ਪਿਓ ਨਹੀਂ ਪੈਸੇ ਸੁੱਟਦਾ ਸਿੱਕੇ ਜੀ ਮਜਾਲ ਹੈ ਇੱਕ ਵੀ ਸਿੱਕਾ ਨਾਲੀ 'ਚ ਪੈ ਜਾਏ ਇਹ ਢੋਲ ਵਜਾਉਂਦਾ ਵਜਾਉਂਦਾ ਕੈਚ ਕਰ ਲੈਂਦਾ ਐ ਸੁੱਟੀ ਜਾਂਦਾ ਹੁੰਦਾ ਮੈਂ ਕੀ ਕੀਤਾ ਰੰਗ ਦੂਸਰਾ ਪਾ ਲੈਂਦਾ ਨਾ ਰੰਗ ਦੂਸਰਾ ਪਾ ਲੈਂਦਾ ਫਿਰ ਦਿਸਣਾ ਨੀ ਸੀ ਉਹਦੇ ਚ ਕਿਉਂ ਉਹ ਕਿਉਂ ਪਾ ਲਿਆ ਜਿਹਦੇ ਨਾਲ ਮੂੰਹ ਹੋਰ ਹਾਈਲਾਈਟ ਹੋ ਰਿਹਾ ਸ਼ਕਲ ਤੇ ਇਹ ਜ਼ਿਆਦਾ ਸੋਹਣੇ ਲੱਗਣੇ ਉੱਥੇ ਵਜਾ ਦੇ ਢੋਲ ਡੁੰਮ ਡੁੰਮ ਲੱਕ ਲੱਕ ਡੁੰਮ ਡੁੰਮ ਲੱਕ ਕੂੜਾ ਪਾੜਦੇ ਆ ਢੋਲ ਆਈ ਨਹੀਂ ਤੇ ਕੂੜਾ ਕਿੱਥੋਂ ਪਾਟਣਾ ਗੱਲਾਂ ਨਾ ਮੈਨੂੰ ਜ਼ਰੂਰਤ ਨਹੀਂ ਪੈਂਦੀ ਮੈਂ ਦੁਕਾਨ ਤੋਂ ਲਿਆ ਕੇ ਨਵਾਂ ਲਿਆ ਕੇ ਵੀ ਪਾੜ ਸਕਦਾ ਹੈਲੋ ਹਾਂਜੀ 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 ਫਿਰ ਪਾਣੀ ਹੈ ਭਾਵੇਂ ਢੋਲ ਹੈ ਨਹੀਂ ਹੈ ਪਰ ਜਿਹੜੇ ਹਾਲਾਤ ਦੇ ਇਹਦਾ ਵਾ ਜਿੱਦਾਂ ਚੰਗੀ ਵੱਡੀ ਜੰਜ ਦੇ ਵਿੱਚ ਢੋਲ ਵਜਾ ਕੇ ਬੰਦਾ ਥੱਕ ਨਹੀਂ ਜਾਂਦਾ ਹਾਂਜੀ ਹਾਂਜੀ ਨਵੇਂ ਪੈਰ ਵੀ ਆ ਐ ਤੇ ਤੁਹਾਨੂੰ ਕੀ ਲੱਗਦਾ ਇਹੋ ਜਿਹੇ ਵਿਆਹਾਂ ਦੇ ਕਿ ਪੈਸਿਆਂ ਦੇ ਭੁੱਖ ਹੁੰਦੇ ਆ ਨਾ 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 ਰੋਟੀ ਤੇ ਹੀ ਹੋਰ ਆਂਦਿਆਂ ਨੂੰ ਲਿਫਾਫਾ ਨਹੀਂ ਲੱਭਦਾ ਰੋਟੀ ਚੋਲ ਪਾਉਣ ਨੂੰ ਢੋਲ 'ਚ ਰੋਟੀ ਚੋਲ ਪਾ ਕੇ ਲੈਣ ਦੇ ਆਪਣਾ ਲੱਕ ਦੇਖੋ ਕਿੱਧਰ ਜਾਣ ਡਿਆ ਵਾ ਡੁੰਮ ਲੱਕ ਚਲੋ ਥੈਂਕ ਯੂ ਸਾਬੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਫੋਨ ਤੁਸੀਂ ਕੀਤਾ ਬੜਾ ਅੱਛਾ ਲੱਗਾ ਤੁਹਾਡਾ ਤੁਸੀਂ ਪ੍ਰੋਗਰਾਮ ਵਾਸਤੇ ਫੋਨ ਕੀਤਾ
ਉਹਦੀ ਉਹ ਇੱਕ ਮੈਂ ਪਤਾ ਕੀ ਗੱਲ ਸੀ, ਉਹ ਸੋਨੀ ਭਾਜੀ ਦੀ ਭਾਜੀ ਡੰਮ ਡੱਕ ਲੱਗ ਡੰਦੇ ਲੱਗ ਦੇ ਨਾਲ ਇੱਕ ਢੋਲ ਦੇ ਨਾਲ ਨਾਲ ਦੋ ਘੋੜੀਆਂ ਰੱਖੀਆਂ ਹੋਈਆਂ। ਅੱਛਾ, ਦੋ ਘੋੜੀਆਂ ਵੀ ਰੱਖੀਆਂ ਹੋਈਆਂ? ਘੋੜੀ ਨੀ ਹੁੰਦੀ ਕਲੀ ਕਰਨ ਵਾਲੀ, ਕਿਸੇ ਨੇ ਕਿਹਾ ਜਾ ਕਲੀ ਕਰਨੀ ਘੋੜੀ ਲਾਇਆ ਆ, ਓਰਿਜਨਲ ਲਾਇਆ ਆ, ਫਿਰ ਅਗਲੇ ਨੇ ਫੜ ਕੇ ਨਾ ਬੰਨ ਕੇ ਘੋੜੀ ਉਹਦੇ ਤੇ ਚੜਾ ਕੇ ਕਲੀ ਕਰਵਾਈ, ਫਿਰ ਇੰਜ ਇੰਜ ਪੋਚੇ ਮਾਰੇ ਉੱਤੇ ਕਿਉਂਕਿ ਘੋੜੀ ਹਿਲਦੀ ਥੱਲੋਂ। ਇੱਦਾਂ ਦੀ ਸ਼ਕਲ ਵਾਲੇ ਇੱਦਾਂ ਹੀ ਕਰਦੇ ਆ ਨਾ। ਲੈ ਵੀ ਉਸੇ ਘੋੜੀ ਦੀ ਪੌੜੀ ਦੀ ਤੀਸਰੇ ਡੰਡੇ ਵਰਗਾ ਮੂੰਹ ਆ ਤੇਰਾ, ਮੈਨੂੰ ਇੱਕ ਚੰਨ ਵੀ ਯਾਦ ਆਇਆ। ਚੌਂਕ ਦੇ ਵਿੱਚ ਪਈਆਂ ਜੁੱਤੀਆਂ, ਉਹ ਕੋਈ ਸਵਾਰੀ ਭਾ ਕੇ ਨੰਘਾ ਰਿਹਾ ਸੀ ਤੇ ਦੋ ਮਿੰਟ ਬਾਅਦ ਘੋੜੀ ਰੁਕ ਜੇ ਤੇ ਮੂਹਰੇ ਨੱਚਣ ਲੱਗ ਜੇ ਤੇ ਉਹ ਸਵਾਰੀ ਪਿੱਛੇ ਬੈਠੀ ਕਹਿੰਦੀ ਭਾਈ ਮੈਂ ਜਾਣਾ PGI ਹਸਪੀਟਲ ਤੇ ਤੂੰ ਵਾਰ ਵਾਰ ਮੂਹਰੇ ਘੋੜੀ ਦੇ ਨੱਚਣ ਲੱਗ ਜਾਂਦਾ। ਗੱਲ ਕੀ ਆ, ਉਹ ਕਹਿੰਦਾ ਵੀ ਜਿਹੜੇ ਬਰਾਤ ਵਾਲੀ ਘੋੜੀ ਸੀ ਵੀ ਉਹ ਹੈਗੀ ਬਿਮਾਰ, ਤੇ ਜਿਹੜੇ ਨੋਰਮਲ ਘੋੜੀ ਉਹ ਬਿਮਾਰ, ਜਿਹੜੀ ਸ਼ਹਿਰ ਚ ਘੁੰਮਦੇ ਬਰਾਤ ਵਾਲੀ ਘੋੜੀ ਆ ਜਿਹੜੀ ਬਰਾਤ ਵਾਲੀ ਚੱਕ ਲਿਆ ਇਹਦੇ ਪੱਗੇ, ਜਿੰਨੀ ਦੇਰ ਨੱਚਣਾ ਤੁਰਦੀ ਨੀ। ਚਲੋ ਪਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਜਿਹੜੀ ਤੁਸੀਂ ਘੋੜੀ ਦੀ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ, ਬਹੁਤ ਘੋੜੀ ਲੱਗੀ।